ਜਿਹੜੀਆਂ ਇਹ ਬਿਮਾਰੀਆਂ ਆਪਾਂ ਨੂੰ ਲੱਗਦੀਆਂ ਨੇ ਇਹ ਆਪਣੀਆਂ ਰਸੋਈ 'ਚੋਂ ਹੀ ਆਪਾਂ ਨੂੰ ਲੱਗਦੀਆਂ ਅਤੇ ਉਹ ਸਭ ਤੋਂ ਵੱਡਾ ਕਾਰਨ ਆ ਜਿਹੜਾ ਅਲਮੀਨੀਅਮ ਦੇ ਕੁੱਕਰ ਆਪਾਂ ਵਰਤਦੇ ਹਾਂ ਜਾਂ ਸਹੀ ਟਾਈਮ 'ਤੇ ਕੈਂਸਰ ਦਾ ਇਲਾਜ ਹੋ ਜਾਵੇ ਅਤੇ ਕੈਂਸਰ ਕੋਈ ਵੱਡੀ ਬਿਮਾਰੀ ਨਹੀਂ ਇਸ ਚੀਜ਼ ਨੂੰ ਹਵਾ ਨਾ ਬਣਾਓ ਤੁਸੀਂ ਮੈਂ ਖੁਦ ਦੇਖੋ ਤੁਹਾਡੇ ਸਾਹਮਣੇ ਆ ਇਸ ਚੀਜ਼ ਦਾ ਮੈਂ ਟ੍ਰੀਟਮੈਂਟ ਕਰਾਇਆ ਅਤੇ ਅੱਜ ਮੈਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਗੱਲਾਂ ਕਰਦੀ ਹਾਂ ਅਤੇ ਮੈਂ ਤਾਂ ਪਰਮਾਤਮਾ ਅੱਗੇ ਇਹੀ ਦੁਆ ਕਰਦੀ ਹਾਂ ਕਿ ਤੁਹਾਨੂੰ ਕਿਸੇ ਨੂੰ ਵੀ ਇਹੋ ਜਿਹੀ ਪ੍ਰੋਬਲਮ ਨਾ ਜੇ ਆਪਣੇ ਅੰਦਰ ਇੱਦਾਂ ਕੋਈ ਗੰਢ ਬਣੀ ਆ ਚਾਹੇ ਤੁਹਾਨੂੰ ਇੱਦਾਂ ਪੀਰੀਅਡਸ ਗਾਂਹ ਪਿਛਾਂ ਆਉਂਦੇ ਨੇ ਚਾਹੇ ਤੁਹਾਡੀ ਬੋਡੀ ਦੇ ਵਿੱਚ ਪੇਨ ਲਗਾਤਾਰ ਰਹਿੰਦਾ ਹੈ ਚਾਹੇ ਤੁਹਾਡੀ ਜਿਵੇਂ ਕਫ ਰਹਿੰਦਾ ਜ਼ਿਆਦਾਤਰ ਚਾਹੇ ਬਾਥਰੂਮ ਜ਼ਿਆਦਾ ਆਉਂਦਾ ਹੈ ਚਾਹੇ ਬਾਰ ਬਾਰ ਤੁਸੀਂ ਟੋਇਲਟ ਜਾਂਦੇ ਇਹੀ ਜਿਹੜੇ ਚਾਰ ਪੰਜ ਜਿਹੜੇ ਲੱਛਣ ਨੇ ਨਾ ਇਹ ਜਿਹੜੇ ਕੈਂਸਰ ਹੋਣ ਦੇ ਕਾਰਨ ਪਹਿਲਾਂ ਆਗਾਜ਼ ਦਿੰਦਾ ਆਪਣਾ ਸਰੀਰ ਬਟ ਆਪਾਂ ਨਹੀਂ ਉਸ ਚੀਜ਼ ਨੂੰ ਸਮਝਦੇ ਜਿਵੇਂ ਕਿ ਮੈਂ ਨਹੀਂ ਸਮਝਿਆ ਪਰ ਉਸ ਚੀਜ਼ ਤੋਂ ਮੈਂ ਇਹ ਚਾਹੁੰਦੀ ਹਾਂ ਵੀ ਮੈਂ ਜੇ ਹੁਣ ਸਮਝੀ ਹਾਂ ਤਾਂ ਮੈਂ ਅਗਲੇ ਨੂੰ ਵੀ ਦੱਸਾਂ ਵੀ ਜੇ ਤੁਹਾਨੂੰ ਇਹ ਦਿੱਕਤ ਹੋ ਰਹੀ ਹੈ ਲੱਤਾਂ ਪੈਰ ਦੁਖਦੇ ਨੇ ਤੁਹਾਡੇ ਬਾਰ ਬਾਰ ਤੁਹਾਨੂੰ ਬੁਖਾਰ ਚੜ੍ਹਦਾ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ।